ਰਿਕਵੈਸਟ ਕਰੂੰਗਾ ਭਾਰਤੀ ਨੂੰ ਹੁਣ ਮੈਂ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਖੜੀ ਹਾਂ ਤੁਸੀਂ ਪਲੀਜ਼ ਸਪੋਰਟ ਕਰੋ ਚਾਰੇ ਦੇ ਚਾਰੇ ਅਸੀਂ ਬਣ ਸਕਦੇ ਹਾਂ ਕਾਉਂਸਲ ਦੇ ਵਿੱਚ ਆਪਣੇ ਸਕੂਲ ਟਰੱਸਟੀ ਵੀ ਬਣ ਸਕਦੇ ਨੇ ਮੇਅਰ ਵੀ ਬਣ ਸਕਦੇ ਨੇ ਤੁਸੀਂ ਪਲੀਜ਼ ਆਪਣਾ ਟਾਈਮ ਕੱਢ ਕੇ ਰੀਸਰਚ ਕਰਕੇ ਕੀਮਤੀ ਵੋਟ ਤੁਸੀਂ ਜ਼ਰੂਰ ਪਾ ਕੇ ਆਇਓ ਇਹਨਾਂ ਨੂੰ ਵੀ ਸਾਰਿਆਂ ਨੂੰ ਮੈਂ ਇਹੀ ਕਹੂੰਗਾ ਅਤੇ ਹਮੇਸ਼ਾ ਵੀ ਮੈਂ ਇਹੀ ਕਹਿੰਦਾ ਹੁੰਦਾ ਕਿ ਜਿਹੜੀ ਆਪਣੀ ਵੋਟ ਹੈ ਜਿੰਨੀ ਤੁਸੀਂ ਕੱਢ ਲਓ ਉਹ ਤੁਸੀਂ ਕੱਢਣੀ ਹੈ ਜੀ ਮੇਰੀ ਇੱਕ ਵੋਟ ਹੈ ਉਹ ਮੈਨੂੰ ਪੈ ਜਾਣੀ ਬਾਕੀ ਤੁਸੀਂ ਪਾਣੀ ਹੈ ਜੀ ਸਾਰੀਆਂ ਜੇ ਤੁਸੀਂ ਵੋਟ ਕੱਢ ਲਓ ਅਸੀਂ ਸਾਰੇ ਅੰਦਰ ਹੋ ਸਕਦੇ ਹਾਂ ਮੇਅਰ ਵੀ ਆਪਣਾ ਹੋ ਸਕਦਾ ਕਾਉਂਸਲਰ ਵੀ ਆਪਣੇ ਹੋ ਸਕਦੇ ਹਾਂ ਦੋ ਆਪਾਂ ਸਕੂਲ ਬੋਰਡ 'ਚ ਖੜ੍ਹੇ ਹਾਂ ਦੋਨੋਂ ਆਪਣੇ ਹੋ ਸਕਦੇ ਹਾਂ ਪਿਛਲੇ ਤੋਂ ਪਿਛਲੀ ਵਾਰੀ ਆਪਣਾ ਬਲਬੀਰ ਗਿੱਲ ਖੜ੍ਹਾ ਸੀ ਮੇਰੇ ਨਾਲ ਤੁਸੀਂ ਸਾਰਿਆਂ ਨੇ ਕੱਢਿਆ ਸੀ ਬਹੁਤ ਨੇੜੇ ਆ ਗਿਆ ਸੀ ਇੱਧਰ ਆਪਣਾ ਕਿਹੜਾ ਕੰਮ ਹੋਣਾ ਆਪਣੇ ਜਵਾਕਾਂ ਵਾਸਤੇ ਹੋਣਾ ਅੱਜ ਆਪਾਂ ਸਟਾਰਟ ਕੀਤਾ ਦੋ ਤਿੰਨ ਸਾਲ ਟਾਈਮ ਲੱਗਦੇ ਆ ਉਹਦੇ ਨਾਲ ਫਿਰ ਆਪਣੇ ਫਲ ਵੀ ਜਦੋਂ ਨਿਕਲਦੇ ਆ ਦੇਅਰ ਦੋਜ਼ ਆਰ ਦ ਫਰੂਟਸ ਦੈਟ ਵੀ ਗੈਟ ਕਿਹੜਾ ਆਪਣੀ ਮਿਹਨਤ ਨਾਲ ਕੰਮ ਹੁੰਦਾ ਜੀ ਸੋ ਉਹ ਇਹਦੇ ਨਾਲ ਹੁਣ ਆਪਣੀ ਇਲੈਕਸ਼ਨ ਆ ਗਈ ਤੁਹਾਡੇ ਸਾਰਿਆਂ ਦਾ ਹੱਕ ਵੀ ਬਣਦਾ ਸਾਰਿਆਂ ਨੂੰ ਪੁੱਛਣ ਨੂੰ ਅਸੀਂ ਮੈਂ ਵੀ ਖੜ੍ਹਾ ਜੀ ਹੋਰ ਵੀ ਆਪਣੇ ਸਾਰੇ ਕਾਉਂਸਲ ਸਕੂਲ ਟਰੱਸਟੀ ਮੇਅਰ ਵੀ ਖੜ੍ਹੇ ਆ ਸਾਰਿਆਂ ਨੂੰ ਪੁੱਛੋ ਹਾਊ ਆਰ ਵੀ ਗੋਇੰ ਟੂ ਗੈਟ ਦੇਅਰ ਕਿਵੇਂ ਆਪਾਂ ਉੱਥੇ ਪਹੁੰਚਣਾ ਸੋ ਮੈਂ ਕਹਿੰਦੀ ਹੁਣੀ ਸੀ ਮੈਂ ਯੰਗਸਟ ਕਾਉਂਸਲਰ ਫਿਰ ਹੁਣ ਡੇਵ ਆ ਗਿਆ ਸੀ ਹੁਣ ਗੁਰਨੂਰ ਖੜੀ ਹੈਗੀ ਆ ਹੁਣ ਭਾਰਤੀ ਵੀ ਖੜੀ ਹੈਗੀ ਇਹਨਾਂ ਨੂੰ ਸਪੋਰਟ ਕਰੋ ਕਰੋ ਸਪੋਰਟ ਬਿਕੋਜ਼ ਪਤਾ ਨਹੀਂ ਨੈਕਸਟ ਟਾਈਮ ਮੇ ਬੀ ਅਸੀਂ ਨਹੀਂ ਰਨ ਕਰਨਾ ਹੈਗਾ ਪਰ ਇਹ ਨਹੀਂ ਹੋਣਾ ਚਾਹੀਦਾ ਵੀ ਸਾਡੀ ਕਮਿਊਨਿਟੀ ਦੀ ਰਿਫਲੈਕਸ਼ਨ ਹੈ ਨਹੀਂ ਕਾਉਂਸਲ 'ਤੇ ਸ਼ਰਮੋਨੀ ਹੋਣੀ ਸਾਨੂੰ ਬਿਕੋਜ਼ ਵੀ ਸ਼ੁੱਡ ਹੈਵ ਦੈਟ ਡਾਇਵਰਸਿਟੀ ਔਨ ਕਾਉਂਸਲ ਮੈਨੂੰ ਪਤਾ ਹੋਮਲੈਸਨੈਸ ਵੀ ਇੱਕ ਇਸ਼ੂ ਆ ਕ੍ਰਾਈਮ ਇਸ਼ੂ ਆ ਸਾਨੂੰ ਹੋਰ ਇੱਕ ਕਮਿਊਨਿਟੀ ਸੈਂਟਰ ਚਾਹੀਦਾ ਆ ਪਾਰਕਸ ਐਂਡ ਰੈਕਰੀਏਸ਼ਨ ਪਰ ਐਟ ਦ ਸੇਮ ਟਾਈਮ ਜਿਹੜੇ ਟਰੱਕਰਸ ਦਾ ਪਾਰਕਿੰਗ ਦਾ ਆ ਉਹ ਵੀ ਇੱਕ ਬਹੁਤ ਵੱਡਾ ਇਸ਼ੂ ਆ ਸਿਟੀ ਮੈਨੇਜਰ ਨੂੰ ਦੱਸਣਗੇ ਉਹ ਮੇਅਰ ਨੂੰ ਦੱਸੂਗਾ ਮੇਅਰ ਜਨਰਲ ਮੈਨੇਜਰ ਨੂੰ ਦੱਸੂਗਾ ਜਨਰਲ ਮੈਨੇਜਰ ਡਾਇਰੈਕਟਰ ਨੂੰ ਦੱਸੂਗਾ ਡਾਇਰੈਕਟਰ ਲਾਈਨ ਮੈਨੇਜਰ ਨੂੰ ਦੱਸੂਗਾ ਅੱਠ ਬੰਦੇ ਹੋ ਗਏ ਆ ਤੁਸੀਂ ਆਪਸ ਵਿੱਚ ਅੱਠ ਬੰਦੇ ਗੱਲ ਕਰਕੇ ਦੇਖ ਲਓ ਜੀ ਇੱਥੇ ਤੱਕ ਗੱਲ ਨਾ ਆਉਂਦੀ ਬਦਲ ਜਾਵੇ ਜੇ ਵੋਟ ਗਿਣਤੀ ਜਿੰਨੀ ਵੱਧਦੀ ਆ ਉਹ ਕੰਮ ਕਰਨੀ ਆ ਗੋਰਿਆਂ ਨੂੰ ਵੀ ਪਤਾ ਲੱਗੂ ਇਹਨਾਂ ਦੀ ਇੰਨੀ ਵੋਟ ਆ ਅਸੀਂ ਵੀ ਕੈਨੇਡੀਅਨ ਆ ਇਸ ਦੇ ਵਿਕਾਸ ਲਈ ਕੈਨੇਡਾ ਨੂੰ ਬਿਹਤਰ ਬਣਾਉਣ ਲਈ ਐਬਸਪੋਰਟ ਦੀ ਪ੍ਰੋਸਪੈਰਿਟੀ ਲਈ ਪਰ ਕੈਪਟਾ ਇਨਕਮ ਵਧਾਉਣ ਲਈ ਕੰਮ ਕਰਾਂਗੇ ਡਿਵੈਲਪਮੈਂਟ ਲਈ ਇਨਫਰਾਸਟ੍ਰਕਚਰ ਲਈ ਇਹਦੀ ਬਾਬਤ ਸਾਨੂੰ ਘਰਾਂ ਤੋਂ ਨਿਕਲਣਾ ਹੀ ਪੈਣਾ ਨਾ ਜਦੋਂ ਇਹਦੀ ਬਾਬਤ ਨਿਕਲਾਂਗੇ ਆਪਾਂ ਅਤੇ ਨਾਲ ਆਪਾਂ ਆਪਦੇ ਦੂਜੇ ਕੈਂਡੀਡੇਟਾਂ ਦੀ ਸਪੋਰਟ ਕਰਾਂਗੇ ਠੀਕ ਹੈ ਸੋ ਉਹਦੇ 22,000 ਹੈਗੀ ਆ ਅਤੇ ਉਹਦੇ ਵਿੱਚੋਂ ਆਪਾਂ 50% ਵੀ ਕੱਢਦੇ ਹਾਂ ਤਾਂ ਵੀ ਆਪਣੀ 10-12,000 ਵੋਟ ਨਿਕਲਦੀ ਆ ਜੇ 12,000 ਵੋਟ ਨਿਕਲ ਗਈ ਤਾਂ ਆਪਾਂ ਨੂੰ ਕਿਸੇ ਦੀ ਲੋੜ ਨਹੀਂ ਪੈਂਦੀ ਅਸੀਂ ਨਹੀਂ ਸੁਣਨੀ ਚਾਹੁੰਦੇ ਵੀ ਤੁਹਾਡਾ ਸੈਨ ਡਿੱਗ ਪਿਆ ਮੈਨੂੰ ਤਾਂ ਬਹੁਤ ਗੁੱਸਾ ਆਊਗਾ ਪੰਜਾਬੀ ਲਾਸਟ ਨੇਮ ਕੋਈ ਆਇਆ ਆਪਾਂ ਵੋਟਾਂ ਪਾ ਦੇਣੀ ਪਰ ਜਿੱਦਾਂ ਸਾਡੀ ਵਾਰੀ ਆਈ ਉੱਥੇ ਕੌਂਸਲ 'ਚ ਰੌਲਾ ਪੈਂਦਾ ਹੋਇਆ ਫਿਰ ਅਸੀਂ ਮੇਅਰ ਦੀ ਵੋਟ 'ਤੇ ਫੈਸਲਾ ਨਹੀਂ ਛੱਡਣਾ ਵੀ ਉਹ ਨੌਵੀਂ ਕਿਹਨੂੰ ਪੈਂਦੀ ਆ ਸਾਨੂੰ ਤੁਹਾਡੀਆਂ ਵੋਟਾਂ ਸ਼ਰੇਆਮ ਚਾਹੀਦੀਆਂ ਉਹਦੇ